ਸਸੀ ਕਾਲ ਜੀ ਇਹ ਬੇਨਤੀ ਕੈਪਟਨ ਨਮਿੰਦਰ ਸਿੰਘ ਜੀ ਨੂੰ ਆ ਕਿ ਜਿਵੇਂ ਕਿ ਪਿਛਲੇ ਸਾਲ ਕਰੋਨਾ ਦੇ ਵਿੱਚ ਤੁਸੀਂ ਐਮਿਤ ਦਿੱਤੀ ਸੀ ਕਿ ਠੇਕੇ ਖੋਲਣ ਨੂੰ ਕਿ ਵੀ ਠੇਕੇ ਖੋਲੇ ਜਾਣ ਕਿਉਂਕਿ ਪੰਜਾਬ ਦੀ ਜਿਹੜੀ ਆਰਥਿਕਤਾ ਨੂੰ ਵੱਡੀ ਸੱਟ ਵੱਜ ਰਹੀ ਆ ਤੇ ਅਸੀਂ ਵੀ ਆਪਦਾ ਪੂਰਾ ਯੋਗਦਾਨ ਪਾਇਆ ਸੀਗਾ ਹਨ ਇਸ ਚੀਜ਼ ਦੇ ਵਿੱਚ ਹੁਣ ਜਿਵੇਂ ਕਿ ਸਾਨੂੰ ਵੱਖ-ਵੱਖ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਦੋ ਕੁ ਮਹੀਨੇ ਪਹਿਲਾਂ ਵੀ ਖਬਰ ਸੁਣਨ ਨੂੰ ਮਿਲੀ ਸੀਗੀ ਤੇ ਹੁਣ ਵੀ ਜਿਵੇਂ ਕਿ ਕਪਤਾਨ ਸਾਹਿਬ ਖਬਰ ਸੁਣਨ ਨੂੰ ਮਿਲੀ ਆ ਕਿ ਬਾਦਲਪਿੰਡ ਦੇ ਵਿੱਚੋਂ ਜਿਹੜੀ ਹੈਗੀ ਨਕਲੀ ਸ਼ਰਾਬ ਦੀ ਜਿਹੜੀ ਫੈਕਟਰੀ ਆ ਉਹ ਫੜੀ ਗਈ ਆ ਤੇ ਸਾਡੇ ਭਾਈਚਾਰੇ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੀ ਨਿਰਾਸ਼ਾ ਸ਼ਾਈ ਹੋਈ ਆ ਕਿਉਂਕਿ ਅਸੀਂ ਆਪਣਾ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਪੂਰਾ ਯੋਗਦਾਨ ਦੇ ਰਹੇ ਆ ਜਾਂ ਕੋਸ਼ਿਸ਼ ਕਰ ਰਹੇ ਆ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਬਚਾਇਆ ਜਾ ਸਕੇ ਇਸ ਮੰਦੇ ਦੇ ਦੌਰ ਦੇ ਵਿੱਚੋਂ ਪਰ ਜਿਹੜੀ ਇਹ ਜਿਹੜੇ ਇਹ ਕੁਝ ਦੇਸ਼த்ロイ ਲੋਕ ਨੇ ਇਹ ਨਕਲੀ ਸਭ ਕੁਝ ਕਰ ਰਹੇ ਆ ਤੇ ਜਿਹਦੇ ਨਾਲ ਦੋ ਗੱਲਾਂ ਹੋ ਰਹੀਆਂ ਇੱਕ ਤਾਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਵੀ ਹੋ ਰਿਹਾ ਤੇ ਦੂਜਾ ਸਾਡੇ ਜਿਹੜੇ ਸ਼ਰਾਬੀ ਭਾਈ ਹੈਗੇ ਨੇ ਉਹਨਾਂ ਦੇ ਸਿਹਤ ਤੇ ਵੀ ਜਿਹੜੇ ਹੈਗੇ ਨੇ ਮਾੜੇ ਪ੍ਰਭਾਵ ਪੈ ਰਹੇ ਆ ਤੇ ਇਸ ਕਰਕੇ ਕਪਤਾਨ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਇਹ ਸਿਸਟਮ ਨੂੰ ਥੋੜਾ ਸੁਧਾਰਿਆ ਜਾਵੇ ਜਾਂ ਤਾਂ ਵੀ ਇਹ ਜਿਹੜੀ ਹੋਮ ਡਿਲੀਵਰੀ ਆ ਹਰੇਕ ਪਿੰਡ ਦੇ ਵਿੱਚ ਯਕੀਨੀ ਬਣਾਈ ਜਾਵੇ ਤੇ ਜਿਹੜਾ ਪੈਸਾ ਹੈ ਉਹ ਕੈਸ਼ ਵੀ ਨਾਲ ਲਿਆ ਜਾਵੇ ਤੇ ਕੋਈ ਮਤਲਬ ਆਨਲਾਈਨ ट्रांजੈਕਸ਼ਨ ਹੈ ਜਿਹੜੀ ਉਹ ਕੀਤੀ ਜਾਵੇ ਤੇ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ ਕਿ ਸ਼ਰਾਬੀ ਪਹਾਈਆਂ ਕੋਲੇ ਜਿਹੜੀ ਹੈਗੀ ਹੈ ਸ਼ਰਾਬ ਹੈ ਜਿਹੜੀ ਉਹ ਸ਼ੁੱਧ ਪਹੁੰਚੇ ਤੇ ਮੈਨੂੰ ਪੂਰੀ ਉਮੀਦ ਹੈਗੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿਓਗੇ ਤੇ ਸ਼ਰਾਬੀ ਪਹਾਈਆਂ ਦਾ ਸਿਹਤ ਦਾ ਖਿਆਲ ਰੱਖੋਗੇ ਕਿਉਂਕਿ ਇਹ ਉਹ ਲੋਕ ਨੇ ਜਿੰਨੀ ਦੇਰ ਇਹ ਜਿਉਂਦੇ ਰਹਿਣਗੇ ਉੰਨੀ ਦੇਰ ਹੀ ਤੁਹਾਡੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਰਹਿਣਗੇ ਇਸ ਕਰਕੇ ਤੁਸੀਂ ਇਹਨਾਂ ਮਤਲਬ ਯੋਧਿਆਂ ਵੱਲ ਧਿਆਨ ਦਿਓ ਇਹ ਨਾ ਹੋਵੇ ਕਿ ਆਰਥਿਕਤਾ ਮਜਦੂਬੂਤ ਕਰਨ ਵਾਲੇ ਇਹ ਯੋਧੇ ਸਮੇ ਤੋਂ ਪਹਿਲਾਂ ਹੀ ਹਥਿਆਰ ਸੁੱਟ ਕੇ ਤੇ ਪੰਜਾਬ ਨੂੰ ਕਿਤੇ ਕਿਤੇ ਕੰਗਾਲ ਕਰ ਜਾਣ ਧੰਨਵਾਦ